ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ, ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਲੋਕਾਂ ਦੀ ਸਹੂਲਤ ਲਈ ਅੱਜ ਤਾਕੀ ਮੱਲਾ ਮੇਲੀ ਗੇਟ ਫਗਵਾੜਾ ਵਿਖੇ ਰਾਏ ਸਟੇਸ਼ਨਰੀ ਐਂਡ ਗਿਫਟ ਸੈਂਟਰ ਖੁੱਲ੍ਹ ਗਿਆ ਹੈ, ਜਿਸ ਦਾ ਸ਼ੁਭ ਉਦਘਾਟਨ ਵਿਸ਼ੇਸ਼ ਤੌਰ 'ਤੇ ਫਗਵਾੜਾ ਸਬ ਡਿਵੀਜ਼ਨ ਦੇ DSP ਪਰਮਜੀਤ ਸਿੰਘ ਜੀ ਨੇ ਆਪਣੇ ਕਲ ਕਰਮਾਂ ਨਾਲ ਕੀਤਾ। ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਅਰਦਾਸ ਮਹਾਰਾਜ ਵਿਖੇ ਸੁਖਮਣੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਕੀਰਤਨੀ ਜਸਿਆਂ ਨੇ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਉਲਾਹੀ ਬਾਣੀ ਨਾਲ ਜੋੜਿਆ। ਇਸ ਮੌਕੇ ਮੁੱਖ ਮਹਿਮਾਨ DSP ਪਰਮਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਏ ਸਟੇਸ਼ਨਰੀ ਦੇ ਮਾਲਕ ਮੈਡਮ ਸੋਮਾ ਕੁਮਾਰੀ, ਡਾਇਰੈਕਟਰ ਰਵਿੰਦਰ ਸਿੰਘ ਜੀ ਰਾਏ, ਰਿਟਾਇਰ ਮੈਨੇਜਰ SBI ਬੈਂਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਕੂਲ, ਕਾਲਜ ਅਤੇ ਦਫ਼ਤਰਾਂ ਲਈ ਹਰ ਤਰ੍ਹਾਂ ਦੀ ਸਟੇਸ਼ਨਰੀ ਬਾਜ਼ਾਰ ਦੇ ਨਾਲੋਂ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਈ ਜਾਏਗੀ। ਇੱਥੇ ਬਿਜਲੀ ਦੇ ਬਿੱਲ, ਟੈਲੀਫੋਨ ਬਿੱਲ, UCL, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਇਨਸ਼ੋਰੈਂਸ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਪ੍ਰਧਾਨ ਹਰਨਾਮ ਦਾਸ ਜੀ, ਰਣਜੀਤ ਮੱਲਣ, ਲਵਪ੍ਰੀਤ, ਜਸਵਿੰਦਰ ਸਿੰਘ, ਗਾਇਕ ਮਨਮੀਤ ਮੇਵੀ, ਨਿਰੰਜਨ ਸਿੰਘ ਵਿਰਖੂ, ਹੁਸਨ ਲਾਲ, ਜਨਰਲ ਮੈਨੇਜਰ JCT Mill, ਓਂਕਾਰ ਜਗਦੇਵ, ਕੁਲਵੀਰ ਬਾਵਾ, ਡਾਕਟਰ ਨਰੇਸ਼ ਬਿੱਟੂ, ਗੁਰਦੇਵ ਸਿੰਘ ਤੁਲੀ, ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਸਨ। ਫਗਵਾੜਾ ਤੋਂ ਕਰਨਦੀਪ ਸਿੰਘ ਤੇਜੀ ਦੀ ਰਿਪੋਰਟ।